हकीम साहब कमजोरी बहुत ज्यादा ਤੁਹਾਡੇ ਅਫਸ਼ੀ ਕੈਪਸੂਲ ਸੁਣਿਆ ਤਾਂ ਬੜੇ ਹੋ ਮੈਨੂੰ ਦੇਖ ਦਿਓ ਉਹ ਮਸ਼ਹੂਰ ਨੇ ਤੁਹਾਡੇ ਕੈਪਸੂਲ ਮੈਨੂੰ ਚਾਹੀਦੇ ਯਾਰ ਹਕੀਮ ਮੈਂ ਆਖੇ ਤੂੰ ਹੈ ਐਯਾ ਦੇ ਦਾ ਤੇਰੀ ਉਮਰ ਕਿੰਨੀ 25 ਸਾਲ ਹਾਂ 25 ਸਾਲ ਤੇ ਤੂੰ ਅਫਸ਼ੀ ਕੈਪਸੂਲ ਖਾਂਦਾ ਫਿਰਨਾ ਬੰਦਿਆ ਮਾਰਨੇ ਨਹੀਂ ਉਹ ਅਸੀਂ ਕੈਪਸੂਲ ਦੇ ਵੀ ਦਿੰਨੇ 40 ਸਾਲ ਤੋਂ ਉੱਤੇ ਵਾਲਿਆਂ ਨੂੰ ਠੀਕ ਹੈ ਨਾ ਤੇ ਮੈਂ ਤੇਰੀ ਦਵਾਈ ਤਜਵੀਜ਼ ਕਰਨਾ ਮੈਂ ਤੈਨੂੰ ਮੈਂ ਵੇਖ ਲੈ ਤੈਨੂੰ ਕੀ ਮਸਲਾ ਹੈ ਅੱਲਾ ਖੈਰ ਕਰੇਗਾ ਇਨਸ਼ਾਅੱਲਾ ਤੈਨੂੰ ਅਫਸ਼ੀ ਕੈਪਸੂਲਾਂ ਦੀ ਲੋੜ ਨਹੀਂ ਹੈਗੀ ਤੈਨੂੰ ਇੱਕ ਤਾਂ ਤੂੰ ਗਰਮ ਚੀਜ਼ਾਂ ਬਿਲਕੁਲ ਛੱਡ ਦੇ ਠੀਕ ਹੈ ਨਾ ਤਲੀਆਂ ਹੋਈਆਂ ਅਤੇ ਜਿਹੜਾ ਤੂੰ ਆ ਤਿੱਕਾ ਕਬਾਬ ਸ਼ਵਾਰਮਾ ਵਗੈਰਾ ਦਿੱਟੂ ਵੀ ਸਿੱਖਦੇ ਜੇ ਇਹ ਛੱਡ ਦਿਓ ਠੀਕ ਹੈ ਉਸ ਤੋਂ ਬਾਅਦ ਥੋੜ੍ਹੀ ਜਿਹੀ ਵਰਜਿਸ਼ ਕੀਤੀ ਕਰ ਥੋੜ੍ਹੀ ਜਿਹੀ ਵਾਕ ਸ਼ਾਕ ਕੀਤੀ ਕਰ ਠੀਕ ਹੋ ਗਿਆ ਅਤੇ ਬਾਕੀ ਮੈਂ ਤੇਰਾ ਕੋਰਸ ਸਾਨੂੰ ਸਾਡਾ ਹੈਗਾ ਜਿਹੜਾ 33 ਨੰਬਰ ਕੋਰਸ ਹੈ ਉਹ ਮੁਤਦਲ ਕੋਰਸ ਹੈ ਨਾ ਉਹ ਗਰਮ ਹੈ ਜ਼ਿਆਦਾ ਨਾ ਉਹ ਠੰਡਾ ਹੈ ਅਤੇ ਇਨਸ਼ਾਅੱਲਾ ਉਹਦੇ ਨਾਲ ਤੇਰੇ ਆ ਜਿਹੜੇ ਕਤਰੇ ਛਤਰੇ ਅਤੇ ਜਿਹੜੇ ਮਾਦਾ ਪਤਲਾ ਹੈਗਾ ਟਾਈਮਿੰਗ ਦੀ ਕਮੀ ਇਨਸ਼ਾਅੱਲਾ ਤੇਰਾ ਸਹੀ ਹੋ ਜਾਵੇਗਾ ਤੈਨੂੰ ਅਫਸ਼ੀ ਦੀ ਲੋੜ ਨਹੀਂ ਹੁਣ ਪੂਰੀ ਜ਼ਿੰਦਗੀ ਪਈ ਤੂੰ ਸਾਰੀ ਜ਼ਿੰਦਗੀ ਅਫਸ਼ੀ ਖਾਂਦਾ ਰਹੇਗਾ ਠੀਕ ਹੈ ਨਾ ਉਹ ਸਾਨੂੰ ਪਤਾ ਕਿਹਨੂੰ ਦੇਣੇ ਨੇ ਕਿਹਨੂੰ ਨਹੀਂ ਦੇਣੇ ਅਤੇ ਅੱਲਾ ਖੈਰ ਕਰੇਗਾ ਦੋਸਤੋ ਕਈ ਮਰੀਜ਼ ਸਾਡੇ ਇਹੋ ਜਿਹੇ ਨੇ ਵੀ ਜਿਹੜੇ ਸਾਨੂੰ ਜੀ ਟਰੱਕ ਕਰਕੇ ਫੋਨ ਕਰਦੇ ਨੇ ਲੜਕੇ ਹੁੰਦੇ ਨੇ 20 ਸਾਲ 25 ਸਾਲ ਜੀ ਅਫਸ਼ੀ ਕੈਪਸੂਲ ਚਾਹੀਦਾ ਅਤੇ ਬਿਲਕੁਲ ਸਾਡੇ ਕੋਲ ਉਹ ਅਫਸ਼ੀ ਕੈਪਸੂਲ ਮੰਗਣ ਦੀ ਕੋਸ਼ਿਸ਼ ਨਾ ਕਰਨ ਅਫਸ਼ੀ ਕੈਪਸੂਲ ਸਾਡੇ ਜਿਹੜੇ ਨੇ ਉਹ ਕੀਮਤੀ ਜੜੀ ਬੂਟੀਆਂ ਔਰ ਕੁਸ਼ਤਾ ਜਾਤ ਅਤੇ ਮੁਸ਼ਤਮਿਲ ਨੇ ਔਰ ਖੁਸ਼ਕ ਅਤੇ ਗਰਮ ਨੁਸਖਾ ਹੈ ਔਰ ਇਹ ਖਾਸ ਕਰ ਵੱਡੀ ਉਮਰ ਦੇ ਲੋਕਾਂ ਵਾਸਤੇ ਜਿਨ੍ਹਾਂ ਦੀ 40 ਸਾਲ ਤੋਂ ਉੱਤੇ ਉਮਰ ਹੁੰਦੀ ਹੈ 40 ਸਾਲ ਦੇ ਕਰੀਬ ਹੁੰਦੀ ਹੈ ਉਹਨਾਂ ਨੂੰ ਇਹ ਸਹੀ ਫਾਇਦਾ ਕਰਦੇ ਨੇ ਵੀ ਇਹ ਕੈਪਸੂਲ 2 ਘੰਟੇ ਪਹਿਲੇ ਲੈ ਲਓ ਅਤੇ ਕੰਮ ਟਬਾ ਟਪ ਜ਼ਬਰਦਸਤ ਅਤੇ ਬਾਕੀ ਜਿਹੜੇ ਲੋਕ ਨੇ ਉਹ ਉਹਨਾਂ ਵਾਸਤੇ ਨਹੀਂ ਠੀਕ ਤੁਸੀਂ ਆਪਦਾ ਮਸਲਾ ਦੱਸਿਆ ਕਰੋ ਵੀ ਸਾਨੂੰ ਆਹ ਮਸਲਾ ਜੀ ਆਹ ਮਸਾਇਲ ਅਸੀਂ ਫਿਰ ਆਪਦੀ ਮਰਜ਼ੀ ਨਾਲ ਤੁਹਾਡੀ ਦਵਾਈ ਤਜਵੀਜ਼ ਕਰਾਂਗੇ ਅਤੇ ਤੁਸੀਂ ਆਪ ਹਕੀਮ ਬਾਣ ਖਿਲਾਉਂਦੇ ਜੀ ਆਪਣਾ ਬੜਾ ਖਿਆਲ ਰੱਖਾ ਕਰੋ ਆਪਣੀ ਸਿਹਤ ਦਾ ਖਿਆਲ ਰੱਖਾ ਕਰੋ ਅਤੇ ਟੈਟ ਰਿਹਾ ਕਰੋ ਕੈਮੀਕਲ ਤੋਂ ਬਚਿਆ ਕਰੋ ਅਤੇ ਸਲਾਦ ਦੁਪਹਿਰਾ ਜ਼ਰੂਰ ਇਸਤੇਮਾਲ ਕੀਤਾ ਕਰੋ ਮੂਲੀ ਗਾਜਰ ਖੀਰਾ ਕੁਦਰਤੀ ਚੀਜ਼ਾਂ ਇਸਤੇਮਾਲ ਦੁੱਧ ਲੱਸੀ ਇਸਤੇਮਾਲ ਕੀਤਾ ਕਰੋ ਅਤੇ ਬਾਜ਼ਾਰੀ ਖਾਣੇ ਤਿੱਕਾ ਕਬਾਬ ਸ਼ਵਾਰਮਾ ਜਿਹੜਾ ਇਹ ਗਰਮ ਚੀਜ਼ਾਂ ਹੈਗੀਆਂ ਨੇ ਫਾਸਟ ਫੂਡ ਵਗੈਰਾ ਇਹਦੇ ਤੋਂ ਬਚਿਆ ਕਰੋ ਆਪਣਾ ਬੜਾ ਖਿਆਲ ਰੱਖਿਆ ਕਰੋ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ ਆਪਣੇ ਤਬੀਬ ਸਰਫਰਾਜ਼ ਨੂੰ ਇਜਾਜ਼ਤ ਦਿਓ ਅੱਲਾ ਹਾਫਿਜ਼।